भाषा जिदा अल्लाह असि कहने और किसी कहने अल्लाह रब कहने अल्लाह असली अल्लाह कहने कनेक्शन अल्लाह अलग रब पाती अगर मुसलमान नहीं कहना तू कहना तू दफसर है ਜਿਹੜਾ ਰੱਬ ਦੇ ਨਜ਼ਦੀਕ ਹੋਵੇ ਉਹ ਵੀ ਤਫਜ਼ਲ ਹੈ ਮਾਨ ਕੁਛ ਤਰੀਕੇ ਵੀ ਹੈਗੇ ਆ ਕੋਈ ਐਸੇ ਤਕਨੀਕ ਵੀ ਹੈਗਾ ਜਿਹੜਾ ਸਾਡਾ ਮਾਈਂਡ ਬਚਾਇਆ ਜਾਵੇ ਜਿਸ ਤਕਨੀਕ ਦੇ ਨਾਲ ਉਹਨਾਂ ਨੂੰ ਚੈਲੰਜ ਹੋ ਜਾਵੇ ਉਹਨਾਂ ਦੀ ਨੇੜ ਹੋ ਜਾਵੇ ਇਸ ਪ੍ਰਕਾਰ ਦੇ ਨਾਲ ਨਹੀਂ ਬਹੁਤ ਸਾਰੇ ਤਰੀਕੇ ਨੇ ਕਈ ਮਸ਼ਕਾਂ ਨੇ ਕੋਈ ਯੋਗਾ ਕਰਦੇ ਨੇ ਤਾਕਤ ਹੋਏਗੀ ਤਾਂ ਜਾਣਗੀਆਂ झूठ फरेब भी परहेज लेना दुनियादार आदमी कामयाब अगर मतलब है चले भी जाने योगे वास्ते चले जाने परहेज भी ना कर सकते अब जिस दफा चले गए परहेज तो नहीं कर सकते कामयाब नहीं होंगे दुनियादारा आसान अमल गलत है वह योगा कई साल बाद गलत जाएगा यह चलता ही गलत हुए बिल्कुल चलता है शुरू गलत आएगा फिर गलत चलेगा बन जाता है लेकिन ये हर किसी ने महेश करनी है वो तू चली जा जाकर बैठ जो करना शुरू करे कौन मना करेगा लेकिन जब तक रब की मर्जी नहीं होगी ना तेरे अंदर बोलेगा ही पहले रब उसे चुन लेना ना तो आसान तरीका है ना कि कोई परहेज भी नहीं है कोई बस वाला परहेज भी नहीं है जो कुछ कर रहे जो जो रब ना अंदर आएगा ना खुद खुद ही बुराइयां खत्म ਉਹ ਜਿਹੜੀ ਸ਼ਕਤੀਆਂ ਨਾ ਉਹ ਰੱਬ ਦੇ ਨੂਰ ਨਾਲ ਅੰਦਰ ਤਾਕਤ ਪਕੜ ਲਈ ਹੈ ਨਾ ਤਾਂ ਉਹ ਤੁਹਾਨੂੰ ਕਹਿਣ ਦੀ ਲੋੜ ਹੀ ਨਹੀਂ ਜਿਸ ਤਾਕਤ ਪਕੜ ਜਾਣੀ ਲੋਕ ਬੁੱਧੀ ਅੰਦਰ ਚਲੀ ਜਾਣਗੇ ਇਹ ਜ਼ਰਾ ਆਸਾਨ ਤਰੀਕਾ ਹੈ
ਜਿਸ ਤਰ੍ਹਾਂ ਤੁਸੀਂ ਕਿਹਾ ਜੀ ਕਿ ਜੇ ਵਾਹਿਗੁਰੂ ਦੀ ਅੱਲਾਹ ਦੀ ਮਿਹਰ ਦੇ ਨਾਲ ਉਸਦਾ ਮਿਲਾਪ ਹੁੰਦਾ ਹੈ, ਜਿਸ ਪ੍ਰਾਣੀ ਦੇ ਨਾਲ ਹੋਣਾ ਉਸੇ ਦੇ ਨਾਲ ਹੋਣਾ ਹੈ, ਤੇ ਉਹ ਤਾਂ ਫਿਰ ਹਰ ਬੰਦਾ ਇਹ ਸੋਚੇਗਾ ਕਿ ਮੈਨੂੰ ਤੁਸੀਂ ਵੀ ਕੀਤੀ ਹੈ, ਤੂੰ ਵੀ ਤੇਰੀ ਕਿਸਮ ਚ ਹੈ ਸੀ, ਤੈਨੂੰ ਮਿਲ ਗਿਆ ਨਾ, ਉਹਦੀ ਕਿਸਮ ਚ ਨਹੀਂ ਸੀ, ਉਸਨੂੰ ਨਹੀਂ ਮਿਲਿਆ, ਲੇਕਿਨ ਮਿਹਨਤ ਉਸਨੇ ਵੀ ਕੀਤੀ, ਤੂੰ ਵੀ ਇਸੇ ਤਰੀਕੇ ਨਾਲ ਇਹ ਮਿਹਨਤ ਤੂੰ ਨੇ ਵੀ ਕਰਨੀ ਹੈ, ਉਸਨੇ ਵੀ ਕਰਨੀ ਹੈ, ਜਿਹਦੇ ਨਸੀਬੇ ਜੋ ਹੋਇਆ ਉਸਨੂੰ ਮਿਲੇਗਾ। ਇਸ ਤਕਦੀਰ ਮੌਲਕ ਦਾ ਇਹ ਇਖਤਿਆਰ ਤੇਰੇ ਕੋਲ ਹੈ, ਕੈਨੇਡਾ ਆਇਆ ਇੱਥੇ ਆਇਆ, ਇਹ ਮਿਹਨਤ ਤੇਰੇ ਜ਼ਿੰਮੇ ਹੈ, ਅਗਰ ਨਹੀਂ ਆਏਗਾ ਤਾਂ ਪਿਆਰ ਆਏਗਾ। ਹੁਣ ਤੁਸੀਂ ਕਰ ਪ੍ਰੈਕਟਿਸ ਕਰਕੇ ਦੇਖੋ ਨਾ, ਪੰਜ ਸੱਤ ਦਿਨ ਪਤਾ ਚੱਲ ਜਾਏਗਾ ਨਾ ਤੁਹਾਨੂੰ ਚਾਹੁੰਦਾ ਜਾਂ ਨਹੀਂ ਚਾਹੁੰਦਾ, ਅਗਰ ਚਾਹੇਗਾ ਤਾਂ ਤੂੰ ਬੋਲੇਗਾ ਨਾ, ਅਗਰ ਨਹੀਂ ਚਾਹੇਗਾ ਤਾਂ ਤੁਸੀਂ ਖੁਦ ਹੀ ਥੱਕ ਕਰ ਰਹੇ ਛੋੜ ਦੇਵੇ, ਅੰਦਰ ਆਉਂਦਾ ਤਾਂ ਹੈ ਕੋਈ ਨਹੀਂ। ਤੁਸੀਂ ਜਦੋਂ ਆਪਣੇ ਤੇ ਕਰਦੇ ਹੈਗੇ ਆ ਪ੍ਰੈਕਟਿਸ ਕਰਕੇ ਤਦੇ ਪਤਾ ਲੱਗਦਾ ਹੈਗਾ, ਇਹ ਸੁਣ ਦੇ ਨਾਲ ਜਾਂ ਪੜ੍ਹਨ ਦੇ ਨਾਲ ਹੀ ਪਤਾ ਲੱਗਦਾ ਹੈਗਾ ਇਹ ਚੀਜ਼ਾਂ ਦਾ। ਇਹ ਚੱਕਰ ਹੈ ਨਾ, ਬਾਕੀ ਹਰ ਅਮਲ ਜਿਹੜਾ ਹੈ ਨਾ ਉਹ ਪਰਹੇਜ਼ ਹੈ, ਇਸ ਵਿੱਚ ਤੂੰ ਪਰਹੇਜ਼ ਨਹੀਂ ਕਰ ਰਿਹਾ, ਅੰਦਰ ਵਾਲ ਲੈ, ਜੋ ਜੋ ਅੰਦਰ ਆਏਗਾ ਨਾ ਤਾਂ ਖੁਦ ਖੁਦ ਜਿਹੜਾ ਜੋ ਨਹੀਂ ਚਾਹੇਗਾ ਤੇਰਾ ਦਿਲ ਨਹੀਂ ਚਾਹੇਗਾ, ਖੁਦ ਖੁਦ ਹੀ ਤੇਰਾ ਪੈਦਾ ਹੋਣਾ ਸ਼ੁਰੂ, ਖੁਦ ਚੀਜ਼ਾਂ ਖੁਦ ਖੁਦ ਤੇਰੇ ਕੋਲ ਛੁੱਟ ਜਾਣੀਆਂ ਨਾ। ਬਲਕਿ ਇੱਕ ਟਾਈਮ ਐਸਾ ਹੁੰਦਾ ਜਿਸ ਦੇ ਅੰਦਰ ਆ ਜਾਂਦਾ, ਅਗਰ ਆਦਮੀ ਇਰਾਦਾ ਵੀ ਕਰੇ ਕਿਸੇ ਬੁਰੇ ਕੰਮ ਦੇ ਤਾਂ ਆਵਾਜ਼ ਆਉਂਦੀ ਹੈ ਕਿੱਧਰ ਜਾ ਰਿਹਾ, ਉਹ ਚੁੱਪ ਕਰਕੇ ਵਾਪਸ ਆ ਜਾਂਦਾ, ਤਲਕ ਹੋ ਜਾਂਦਾ, ਜਬ ਤਲ ਤਲਕ ਨਹੀਂ ਹੈ ਜੋ ਮਰਜ਼ੀ ਕਰੋ ਕੁਛ ਨਹੀਂ ਪੁੱਛਦਾ, ਤਲਕ ਹੋ ਜਾਏਗਾ ਫਿਰ ਉਸਨੂੰ। ਇੱਕ ਵਕੀਲ ਸੀ ਬਹੁਤ ਲੜਾ ਪੈਂਦਾ ਸਖ਼ਤ ਮੁਕਦਮਾ ਆ ਜਾਂਦਾ, ਮੈਂ ਕੀ ਕਰਦਾ ਸਿਗਰਟ ਸੰਭਾਲ ਕੇ ਨਾ ਲੈਟਰੀ ਨੂੰ ਜਾ ਕੇ ਬੈਠ ਜਾਂਦਾ, ਸਿਗਰਟ ਪੀਂਦਾ ਰਹਿੰਦਾ ਪੀਂਦਾ ਰਹਿੰਦਾ, ਫਿਰ ਮੈਨੂੰ ਜ਼ਹਿਨ ਵਿੱਚ ਇਸ਼ਾਰੇ ਆਉਂਦੇ, ਉਹ ਫਿਰ ਉਸ ਇਸ਼ਾਰੇ ਮੈਂ ਅਮਲ ਕਰਦਾ ਤਾਂ ਫਿਰ ਸਹੀ ਹੁੰਦਾ, ਹੁਣ ਉਹ ਇਸ਼ਾਰੇ ਰੱਬ ਦੀ ਤਰਫੋਂ ਨਹੀਂ ਸੀ ਨਾ, ਉਹ ਸ਼ੈਤਾਨ ਦਾ ਬੰਦਾ ਸੀ ਨਾ, ਅਤੇ ਸ਼ੈਤਾਨ ਉਸਨੂੰ ਇਸ਼ਾਰੇ ਕਰਨ ਸੀ, ਫਿਰ ਤੇਰੇ ਅੰਦਰ ਵੀ ਰੱਬ ਆ ਜਾਏਗਾ, ਰੱਬ ਦੀ ਬੰਦੀ ਹੋ ਜਾਏਗੀ ਨਾ, ਫਿਰ ਤੈਨੂੰ ਵੀ ਰੱਬ ਇਸ਼ਾਰੇ ਦੇਗਾ ਨਾ, ਉਹ ਖੁਦ ਖੁਦ ਛੁੜਾ ਦੇਗਾ, ਜਿਹੜਾ ਕੰਮ ਗਲਤ ਹੋਏਗਾ ਤੈਨੂੰ ਛੁੜਾ ਦੇਗਾ। ਜਿਹੜੀਆਂ ਅਸੀਂ ਪੱਤਾਂ ਕੋਈ ਬਿਮਾਰੀ ਆ ਉਹਦੇ ਵਾਸਤੇ ਦਵਾਈਆਂ ਵਰਤਦੇ ਹਾਂ, ਇੰਗਲਿਸ਼ ਦਵਾਈਆਂ, ਇਹਦੇ ਨਾਲ ਇਲਾਜ ਠੀਕ ਹੋਊਗਾ, ਆਰਾਮ ਆਊਗਾ, ਇਹਦੇ ਬਾਰੇ ਕੋਈ ਕੀ ਖਿਆਲ ਦੇਵੇ, ਖਾਣੀਆਂ ਚਾਹੀਦੀਆਂ ਜਿਹਨੂੰ? ਨਹੀਂ, ਮੇਰਾ ਮਕਸਦ ਕੁਛ ਬਿਮਾਰੀਆਂ ਨੇ ਜਿਸਮਾਨੀ ਬਿਮਾਰੀਆਂ ਨੇ, ਉਹਦੇ ਡਾਕਟਰ ਦਾ ਇਲਾਜ ਹੁੰਦਾ, ਕੁਛ ਰੂਹਾਨੀ ਬਿਮਾਰੀਆਂ ਨੇ, ਉਹ ਅੱਲਾਹ ਅੱਲਾਹ ਨਾਲ ਉਹ ਬਿਮਾਰੀਆਂ ਠੀਕ ਹੋ ਜਾਂਦੀਆਂ, ਡਾਕਟਰ ਦੀ ਹੈ ਤੁਹਾਡੇ ਜਿਸਮ ਵਿੱਚ ਕੁਛ ਜ਼ਹਿਰੀ ਜਰਾਸੀਮ ਚਲਾ ਗਿਆ, ਡਾਕਟਰ ਦੀ ਦਵਾਈ ਲੈਣੀ ਪੈ ਗਈ, ਰੂਹਾਨੀ ਬਿਮਾਰੀ ਉਸ ਨੂੰ ਤੁਹਾਡੇ ਅੰਦਰ ਕੋਈ ਸ਼ੈਤਾਨ ਜਿਨ ਭੂਤ ਵੜ ਗਿਆ, ਉਹਦੇ ਜਿਨ ਭੂਤ ਆ ਗਏ ਨੇ ਤੁਹਾਡੇ ਅੱਗੇ ਆ ਗਏ ਨੇ, ਉਹ ਜਿਨ ਭੂਤ ਵੜ ਗਿਆ ਉਸਨੂੰ ਡਾਕਟਰ ਦਵਾਈ ਨਹੀਂ ਕੱਢੇਗੀ ਨਾ, ਉਸਨੂੰ ਅੱਲਾਹ ਦਾ ਜਾਏਗਾ ਤਾਂ ਉਸਨੂੰ ਕੱਢੇਗਾ। ਅੱਧੇ ਲੋਕ ਨੇ ਜਿਹੜੇ ਡਾਕਟਰ ਦੇ ਇਲਾਜ ਵਾਸਤੇ ਠੀਕ ਹੁੰਦੇ, ਅੱਧੇ ਲੋਕ ਜਿਹੜੇ ਇਸ ਪਾਸੋਂ ਠੀਕ ਹੁੰਦੇ, ਤਰੀਕਾ ਦੱਸਾਂ ਔਰ ਆਪਣੀ ਕਿਸਮਤ ਆਜ਼ਮਾ।